ਜਿਹੜਾ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਸੀ ਉਹ ਇਹ ਕਹਿੰਦੇ ਸੀ ਵੀ ਜਿਹੜਾ AB5 ਆ ਇਹ ਵਾਇਲੇਟ ਕਰਦਾ ਕਨਸਟੀਟਿਊਸ਼ਨ ਨੂੰ ਤੇ ਇਹਦੇ ਨਾਲ ਟਰੱਕਿੰਗ ਇੰਡਸਟਰੀ ਦੇ 70,000 ਦੇ ਕਰੀਬ ਜਿਹੜੇ ਕੈਲੀਫੋਰਨੀਆ ਚ ਓਨਰ ਆਪਰੇਟਰ ਆ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਊਗਾ। ਪਰ ਜੋ ਇਹਦੇ ਅਗੇਂਸਟ ਆ ਜੋ AB5 ਲਿਆਉਣਾ ਚਾਹੁੰਦੇ ਆ ਉਹ ਕਹਿੰਦੇ ਵੀ ਅਸੀਂ ਸਟੱਡੀ ਕੀਤੀ ਹੈ ਇਹਦੇ ਨਾਲ ਨਾ ਤਾਂ ਕੋਈ ਪ੍ਰਾਈਸਿਸ ਜਾਂ ਰਾਊਟਸ ਤੇ ਜਾਂ ਸਰਵਿਸ ਤੇ ਕਿਸੇ ਤਰ੍ਹਾਂ ਦਾ ਅਸਰ ਨਹੀਂ ਪੈਂਦਾ ਹੈ। ਦੇਖੋ ਜੀ, ਜਿਹੜਾ ਕਾਨੂੰਨ ਆਉਂਦੇ ਹੈਗੇ ਆ, ਜਦੋਂ ਕਾਨੂੰਨ ਬਣਦੇ ਹੈਗੇ ਆ, ਉਹ ਕਈ ਵਾਰੀ ਜਿਹੜੀਆਂ ਊਣਤਾਈਆਂ ਹੁੰਦੀਆਂ ਆ, ਸਿਸਟਮ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਆ, ਉਹਨਾਂ ਨੂੰ ਦੇਖ ਕੇ ਜਿਹੜੇ ਕਾਨੂੰਨ ਆ ਇੱਦਾਂ ਦੇ ਬਣਦੇ ਹੈਗੇ ਆ। ਸੋ ਊਣਤਾਈਆਂ ਦੇਖੀਆਂ ਗਈਆਂ, ਉਹ ਹੋਣਗੀਆਂ ਕਿ ਉਹ ਜਿਹੜੀਆਂ ਕਮੀਆਂ ਪੇਸ਼ੀਆਂ ਹੈਗੀਆਂ ਉਹ ਕਈ ਵਾਰੀ ਕੁਛ ਇੱਕ ਏਰੀਆਜ਼ ਦੇ ਵਿੱਚ ਦਿਖ ਜਾਂਦੀਆਂ ਅਤੇ ਕੁਛ ਇੱਕ ਏਰੀਆਜ਼ ਦੇ ਵਿੱਚ ਦਿਖਦੀਆਂ ਨਹੀਂ ਹੁੰਦੀਆਂ। ਅਤੇ ਕਈ ਵਾਰੀ ਇਹ ਵੀ ਹੁੰਦਾ ਕਿ ਜਿਹੜੇ ਇਸ ਲਾਅ ਨੂੰ ਲਿਖਣ ਵਾਲੇ ਆ, ਜਿਹੜੇ ਇਸ ਲਾਅ ਨੂੰ ਬਣਾਉਣ ਵਾਲੇ ਆ, ਉਹ ਕਿਸੇ ਹੋਰ ਨਜ਼ਰ ਦੇ ਨਾਲ ਇਸ ਲਾਅ ਨੂੰ ਬਣਾਉਂਦੇ ਆ, ਪਰ ਕਿਸੇ ਵੀ ਲਾਅ ਨੂੰ ਬਣਾਉਂਦੇ ਆ, ਪਰ ਉਹ ਅਸਰ ਉਹਦਾ ਜਿਹੜਾ ਆ ਉਹ ਹੋਰ ਕਿਤੇ ਵੀ ਹੋ ਜਾਂਦਾ ਆ। ਜਿੱਦਾਂ ਆਪਾਂ ਪੰਜਾਬੀ 'ਚ ਆਟੇ ਦੇ ਨਾਲ ਘੁਣ ਪਿਸ ਜਾਂਦਾ, ਉਹ ਆਪਾਂ ਕਹਾਵਤ ਕਹਿੰਦੇ ਹਾਂ। ਸੋ ਇਸ ਕਰਕੇ ਇਹ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ, ਇਹਦੇ ਵਿੱਚ ਬੇਸਿਕਲੀ ਕੁਛ ਇੱਕ ਟ੍ਰੈਡੀਸ਼ਨਲ ਕੰਮ ਹੋ ਰਹੇ ਸੀਗੇ, ਜਿਹੜੇ ਟ੍ਰੈਡੀਸ਼ਨਲੀ ਲੋਕੀ ਕਰੀ ਚੱਲੇ ਆ ਰਹੇ ਆ, ਔਰ ਉਹ ਸ਼ੁਰੂ ਤੋਂ ਹੀ ਗਲਤ ਸੀਗੇ। ਉਹ ਸ਼ੁਰੂ ਤੋਂ ਮਤਲਬ ਆਪਾਂ ਉਹ ਠੀਕ ਨਹੀਂ ਸੀਗੇ, ਜਿੱਦਾਂ ਕਿ ਡਰਾਈਵਰ ਨੂੰ 10.99 ਦੇਣਾ, ਉਹ ਸ਼ੁਰੂ ਤੋਂ ਗਲਤ ਆ। ਉਹ ਮਤਲਬ ਅੱਜ ਨਹੀਂ ਗਲਤ ਹੋਣ ਲੱਗਾ AB5 ਕਰਕੇ, ਉਹ ਪਹਿਲਾਂ ਤੋਂ ਹੀ ਗਲਤ ਸੀਗਾ, ਠੀਕ ਹੈ ਨਾ। ਸੋ ਪਰ ਹੁਣ AB5 ਕਰਕੇ ਉਹ ਬਿਲਕੁਲ ਚਰਚਾ 'ਚ ਆ ਗਿਆ, ਕਿਉਂਕਿ ਉਹ ਤਾਂ ਬਿਲਕੁਲ ਹੁਣ ਤਾਂ ਡਰਾਈਵਰ ਨੂੰ 10.99 ਦੇਣ ਦੀ ਗੱਲ ਛੱਡੋ, ਹੁਣ ਤਾਂ ਇੱਥੇ ਤੱਕ ਗੱਲ ਆ ਗਈ ਕਿ ਤੁਸੀਂ ਜਿਹੜਾ ਤੁਹਾਡਾ ਕੰਟਰੈਕਟਰ ਹੈਗਾ, ਇੰਡੀਪੈਂਡੈਂਟ ਓਨਰ ਆਪਰੇਟਰ ਹੈਗਾ, ਉਹਨੂੰ 10.99 ਦੇਣ ਦੀ ਜਿਹੜੀ ਆ ਨਾ ਦੇਣ ਦੀ ਗੱਲ ਸ਼ੁਰੂ ਹੋ ਗਈ, ਵੀ ਉਹਨੂੰ ਵੀ ਤੁਸੀਂ ਜੇ ਤੁਹਾਡਾ ਪੱਕਾ ਕੋਈ ਲੱਗਾ ਤੁਹਾਡੇ ਨਾਲ ਹੀ ਕੰਮ ਕਰਦਾ, ਤੇ ਉਹਨੂੰ ਸ਼ਾਇਦ ਹੋ ਸਕਦਾ ਤੁਹਾਨੂੰ ਐਜ਼ ਅ ਇੰਪਲੋਈ ਤੁਹਾਨੂੰ ਉਹਨੂੰ ਸ਼ੋਅ ਕਰਨਾ ਪਵੇ। ਮਤਲਬ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਸਾਡੀ ਪੰਜਾਬੀ ਟਰੱਕਿੰਗ ਇੰਡਸਟਰੀ ਜਾਂ ਹੋਰ ਵੀ ਕਿਸੇ ਟਰੱਕਿੰਗ ਕਮਿਊਨਿਟੀ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਸੀਗੀਆਂ, ਸ਼ੁਰੂ ਤੋਂ ਹੀ ਜਿਹੜਾ ਸਾਡਾ ਕਮਿਊਨਿਟੀ ਸੀਗੀ ਉਹ ਸ਼ੁਰੂ ਤੋਂ ਹੀ ਉਸ ਚੀਜ਼ ਨੂੰ ਯੂਜ਼ ਕਰਦੀ ਆ ਰਹੀ ਸੀ, ਉਸ ਮਾਡਲ ਨੂੰ। ਉਹ ਮਾਡਲ ਪਹਿਲਾਂ ਹੀ ਠੀਕ ਨਹੀਂ ਸੀਗਾ, ਹੈ ਨਾ। ਤੇ ਹੁਣ AB5 ਦੇ ਆਉਣ ਕਰਕੇ ਉਹ ਲੱਗਦਾ ਕਿ ਸਾਨੂੰ ਜ਼ਿਆਦਾ ਅਸਰ ਜਿਹੜਾ ਆ ਲੱਗਦਾ ਕਿ ਸਾਡੇ 'ਤੇ ਜ਼ਿਆਦਾ ਅਸਰ ਪਊਗਾ। ਪਰ AB5 ਜਿਹੜਾ ਹੈਗਾ ਇਹਦੇ ਵਿੱਚ ਤੁਸੀਂ ਬਿਜ਼ਨਸ ਟੂ ਬਿਜ਼ਨਸ ਐਗਜ਼ਾਮਸ਼ਨ ਜਿਹੜੀ ਹੈਗੀ ਆ ਉਹ ਲੈ ਕੇ ਤੇ ਸਟਿਲ ਤੁਸੀਂ ਓਨਰ ਆਪਰੇਟਰ ਰਹਿ ਸਕਦੇ ਹੈਗੇ ਆ, ਤੁਸੀਂ ਓਨਰ ਆਪਰੇਟਰ ਬਣ ਮਤਲਬ ਕਰ ਸਕਦੇ ਹੈਗੇ ਆ। ਜਿਹੜੀ ਚੀਜ਼ ਇਹਦੇ ਵਿੱਚ ਸਾਰਿਆਂ ਜਿਹੜੀ ਮਹੱਤਵਪੂਰਨ ਹੈਗੀ ਆ ਉਹ ਇਹ ਹੈਗੀ ਆ ਕਿ ਜਿਹੜੇ ਲੀਜ਼ ਟੂ ਓਨ ਟਰੱਕ ਹੈਗੇ ਆ, ਕਈ ਕੰਪਨੀ ਜਿਹੜੀਆਂ ਲੀਜ਼ ਟੂ ਓਨ ਟਰੱਕ ਕਰ ਦਿੰਦੀਆਂ ਹੈਗੀਆਂ, ਜਾਂ ਲੀਜ਼ ਟੂ ਓਨ ਟ੍ਰੇਲਰ ਹੈਗੇ ਆ, ਜਾਂ ਰੈਂਟਲ ਟ੍ਰੇਲਰ ਹੈਗੇ ਆ ਕਿ ਤੁਸੀਂ ਸਾਡਾ ਟ੍ਰੇਲਰ ਪੁੱਲ ਕਰਨਾ ਹੈਗਾ, ਤੇ ਪਰ ਉਹਦੇ ਵਿੱਚ ਉਹ ਇੱਕ ਥਾਂ ਸਟੱਕ ਹੈਗੇ ਆ ਕਿ ਉਹ ਓਨਰ ਆਪਰੇਟਰ ਨਹੀਂ ਮੰਨਿਆ ਜਾਊਗਾ, ਕਿਉਂਕਿ ਉਹ ਉਸ ਕੰਪਨੀ ਦੇ ਕੰਟਰੋਲ 'ਚ ਆ ਹੁਣ। ਸੋ ਜਿਹੜਾ ਵੀ ਲੋਡ ਉਹ ਕਹਿਣਗੇ, ਜਿੱਥੇ ਵੀ ਕਹਿਣਗੇ, ਜੋ ਵੀ ਕਹਿਣਗੇ, ਜਿੰਨੇ ਵੀ ਦੇਣਗੇ, ਓਨੇ ਹੀ ਕਰਨੇ ਪੈਣੇ ਆ। ਸੋ ਯਾਰ ਇੱਕ ਜਿਹੜਾ ਰਾਜਕਰਨ ਬਹੁਤ ਹੀ ਗਲਤ ਗੱਲ ਹੋ ਰਹੀ ਆ ਕਿ ਸਾਡੇ ਜਿਹੜੇ ਵਟਸਐਪ ਗਰੁੱਪ ਹੈਗੇ ਉਹਨਾਂ 'ਚ ਬਹੁਤ ਗਲਤ ਇਨਫੋਰਮੇਸ਼ਨ ਜਿਹੜੀ ਆ ਉਹ ਫੈਲਾਈ ਜਾ ਰਹੀ ਹੈ ਇਸ ਵੇਲੇ, ਉਹ ਇਨਫੋਰਮੇਸ਼ਨ ਠੀਕ ਨਹੀਂ ਹੈਗੀ। ਸੋ ਜੇ ਕੋਈ ਵੀ ਸੋ ਇਹ ਇਨਫੋਰਮੇਸ਼ਨ ਕਿੱਦਾਂ ਦੀ ਹੈ, ਕੀ ਕੀ ਗਲਤ ਕੀ ਦੱਸਿਆ ਜਾ ਰਿਹਾ, ਸੋ ਮਤਲਬ ਵੀ ਲੋਕ ਉਸ ਚੀਜ਼ ਤੋਂ ਬਚੇ ਰਹਿਣ, ਕੀ ਅਫਵਾਹਾਂ ਨੇ। ਗਲਤ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਓਨਰ ਆਪਰੇਟਰ ਹੈਗਾ ਆ ਉਹ ਕੈਲੀਫੋਰਨੀਆ ਦੇ ਵਿੱਚ ਬੈਨ ਕਰ ਦਿੱਤਾ ਗਿਆ, ਉਹਨੂੰ ਬ੍ਰੋਕਰ ਲੋਡ ਹੀ ਨਹੀਂ ਦੇ ਸਕਦੇ, ਇਹ ਤਾਂ ਸਾਰਿਆਂ ਨੂੰ ਤੁਹਾਨੂੰ ਇਸ ਸਟੇਟ ਨੂੰ ਛੱਡ ਕੇ ਦੂਜੀ ਸਟੇਟ 'ਚ ਜਾਣਾ ਪੈਣਾ ਆ, ਮਤਲਬ ਤੁਸੀਂ ਸੋਚ ਹੀ ਨਹੀਂ ਸਕਦੇ। ਪਰ ਇਸ ਵੇਲੇ ਮੈਂ ਇੱਕ ਗੱਲ ਦੀ ਹੋਰ ਸਾਰਿਆਂ ਨੂੰ ਦੱਸਦਿਆਂ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹਦੇ ਵਿੱਚ ਤੁਸੀਂ ਜੇ ਇਹ ਸੋਚ ਰਹੇ ਹਾਂ ਕਿ ਤੁਸੀਂ ਕੈਲੀਫੋਰਨੀਆ ਸਟੇਟ ਤੋਂ ਬਾਹਰ ਜਾ ਕੇ ਤੇ ਇਹ ਕੰਮ ਨੂੰ ਇੱਦਾਂ ਹੀ ਜਾਰੀ ਰੱਖ ਸਕਦੇ ਹਾਂ, ਤੇ ਫਿਰ ਥੋੜ੍ਹਾ ਬਹੁਤ ਚੇਰੀ ਜਾਰੀ ਰੱਖ ਸਕਦੇ ਹਾਂ, ਕਿਉਂਕਿ ਫੈਡਰਲ ਲੈਵਲ 'ਤੇ ਵੀ ਜਿਹੜਾ ਇੰਡੀਪੈਂਡੈਂਟ ਕੰਟਰੈਕਟਰ ਹੈਗਾ ਅਤੇ ਇੰਪਲੋਈ ਹੈਗਾ ਉਹਦੇ ਵਿੱਚ ਡਿਟਰਮੀਨੇਸ਼ਨ ਕਰਨ ਨੂੰ ਡਿਪਾਰਟਮੈਂਟ ਆਫ ਲੇਬਰ ਦੇ ਵਿੱਚ ਇਹ ਸਾਰਾ ਸਿਲਸਿਲਾ ਸ਼ੁਰੂ ਹੋ ਚੁੱਕਾ ਆ। ਸੋ ਅਲਟੀਮੇਟਲੀ ਜੇ ਡਿਪਾਰਟਮੈਂਟ ਆਫ ਲੇਬਰ ਜਿਹੜਾ ਆ ਫੈਡਰਲ ਲੈਵਲ ਦੇ ਉੱਤੇ ਇਸ ਜੇ ਕਿਤੇ AB5 ਨੂੰ ਸੋਰੀ ABC ਟੈਸਟ ਨੂੰ ਉਹ ਅਡਾਪਟ ਕਰ ਲੈਂਦਾ ਆ ਤੇ ਫਿਰ ਸਿੰਪਲੀ ਇਹ ਫੈਡਰਲ ਲੈਵਲ ਤੇ ਲਾਗੂ ਹੋ ਜਾਣਾ ਆ। ਸੋ ਤੁਸੀਂ ਜਿਹੜੀ ਮਰਜ਼ੀ ਸਟੇਟ 'ਚ ਚਲੇ ਜਾਓ, ਡੈਫੀਨੇਟਲੀ ਇਟਸ ਨਾਟ ਗੋਇੰਗ ਟੂ ਹੈਲਪ ਯੂ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਸੋਚ ਕੇ ਨਾ ਚੱਲੋ ਵੀ ਆਪਾਂ ਇਹ ਸਟੇਟ ਛੱਡ ਜਾਂਗੇ ਤੇ ਆਪਾਂ ਇਸ ਚੀਜ਼ ਤੋਂ ਬਚ ਜਾਂਗੇ। ਪਰ ਜੇ ਕੋਈ ਕਾਨੂੰਨ ਬਣਦੇ ਆ, ਪਹਿਲੀ ਗੱਲ ਆ ਜਦੋਂ ਬਣਦੇ ਆ ਉਦੋਂ ਅਸੀਂ ਹਿੱਸਾ ਨਹੀਂ ਲੈਂਦੇ। 2000
17 ਦੇ ਵਿੱਚ 18 ਦੇ ਵਿੱਚ ਅਸੀਂ ਬਹੁਤ ਮੀਟਿੰਗ ਜਿਹੜੀਆਂ ਸੈਕਰਾਮੈਂਟੋ 'ਚ ਕੀਤੀਆਂ ਸੀ AV5 ਦੀਆਂ, ਬਹੁਤ ਉਦੋਂ ਰੌਲਾ ਪਾਇਆ ਸੀਗਾ, ਪਰ ਕੋਈ ਸਪੋਰਟ ਨਹੀਂ ਹੋਈ ਉਦੋਂ, ਕੋਈ ਆਪਣਾ ਕਮਿਊਨਿਟੀ ਦੇ ਵਿੱਚੋਂ ਸਪੋਰਟ ਕਰਨ ਨਹੀਂ ਆਇਆ ਉੱਥੇ, ਕਦੀ ਕੋਈ ਮੀਟਿੰਗ 'ਤੇ ਨਹੀਂ ਅਸੀਂ ਦੇਖਿਆ ਲੌਂਗ ਹਾਲ ਵਾਲਾ, ਸ਼ੋਰਟ ਹਾਲ ਵਾਲੇ ਜਿਹੜੇ ਏਰੀਏ ਦੇ ਵਿੱਚੋਂ ਕੁਛ ਲੋਕ ਸੀਗੇ, ਉਹ ਵੀ ਕੁਛ ਇੱਕ ਦੋ ਕੰਪਨੀਆਂ ਸੀਗੀਆਂ ਜਿਨ੍ਹਾਂ ਨੇ ਆਪਣੇ ਬੰਦੇ ਇਕੱਠੇ ਕਰਕੇ ਲਿਆਉਂਦੇ ਸੀ, ਪਰ ਉਹ ਵੀ AV5 ਦੇ ਥੱਲੇ ਆਉਣਗੀਆਂ ਕੰਪਨੀਆਂ ਜਿਹੜੀਆਂ ਬੇਏਰੀਏ ਦੇ ਵਿੱਚੋਂ ਆਈਆਂ ਸੀਗੀਆਂ, ਉਹ ਡੈਫੀਨੇਟਲੀ AV5 ਦੇ ਮਤਲਬ ਕਿ ਥੱਲੇ ਆਉਣਗੀਆਂ। ਪਰ ਉਸ ਤੋਂ ਸਿਵਾ ਸਾਡੀ ਲੌਂਗ ਹਾਲ ਇੰਡਸਟਰੀ ਦੇ ਵਿੱਚੋਂ ਮੇਰੇ ਖਿਆਲ ਇੱਕ ਵੀ ਨੁਮਾਇੰਦਾ ਜਿਹੜਾ ਸੀਗਾ ਉੱਥੇ ਸਪੋਰਟ ਕਰਨ ਨਹੀਂ ਸੀ ਆਉਂਦਾ। ਸੋ ਇਹ ਚੀਜ਼ਾਂ ਜਦੋਂ ਬਣਦੀਆਂ, ਕਾਨੂੰਨ ਬਣਦੇ ਆ, ਉਦੋਂ ਅਸੀਂ ਅੱਖਾਂ ਬੰਦ ਕਰਕੇ ਪਰੇ ਨੂੰ ਕਰ ਲੈਂਦੇ ਹਾਂ, ਕੋਈ ਗੱਲ ਨਹੀਂ, ਸਾਨੂੰ ਕਿਹੜਾ ਕੀ ਫਰਕ ਪੈਣਾ, ਦੇਖੀ ਜਾਊਗੀ ਜਦੋਂ ਸਾਰਿਆਂ ਦੇ ਲਾਗੂ ਹੋਊਗਾ, ਨਾਲ ਹੀ ਆ ਸਾਰਿਆਂ ਦੇ, ਜੋਦਾਂ ਹੋਊ ਹੁਣ ਫਿਰ ਨਾਲ ਹੀ ਆ ਸਾਰਿਆਂ ਦੇ, ਠੀਕ ਹੈ ਨਾ। ਸੋ ਇਸ ਕਰਕੇ ਰਮਨ ਜੀ ਇਹਦੇ ਵਿੱਚ ਜਿਹੜਾ ਇਹਦਾ ਸਭ ਤੋਂ ਜ਼ਿਆਦਾ ਕਹਿ ਲਓ ਵੀ ਜਿੱਦਾਂ ਹੁਣ ਜਿੰਨ ਬੋਤਲ ਚੋਂ ਬਾਹਰ ਹੈਗਾ ਆ AV5 ਵਾਲਾ, ਵੀ ਹੁਣ ਤਾਂ ਇਹ ਸਾਰਿਆਂ ਦੇ ਉੱਤੇ ਮੰਡਰਾਊਗਾ, ਖਾਸ ਕਰਕੇ ਕੈਲੀਫੋਰਨੀਆ ਵਿੱਚ ਤਾਂ ਜਲਦ ਲਾਗੂ ਹੋ ਸਕਦਾ, ਜਿੱਦਾਂ ਤੁਸੀਂ ਕਿਹਾ ਵੀ ਫੈਡਰਲ ਲੈਵਲ ਦੇ ਉੱਤੇ ਵੀ ਇਹ ਡਿਪਾਰਟਮੈਂਟ ਆਫ ਲੇਬਰ ਇਸ ਨੂੰ ਲੈ ਕੇ ਆ ਰਿਹਾ, ਜਿਹੜਾ ABC ਟੈਸਟ ਸੀਗਾ ਉਸ ਨੂੰ। ਹੁਣ ਇਹਦੇ ਵਿੱਚ ਨੁਕਸਾਨ ਕੀ ਆ, ਫਾਇਦਾ ਕੀ ਆ, ਕੀ ਸਿਰਫ ਇੱਕ ਟੈਕਸ ਬਚਾਉਣ ਦੀ ਖਾਤਰ ਇੱਦਾਂ ਲੋਕਾਂ ਨੂੰ ਜਿਹੜਾ ਭਰਮ ਹੈਗਾ ਆ ਵੀ ਮੇਰਾ ਟੈਕਸ ਇੱਦਾਂ ਕਰਕੇ ਜੇ 1099 ਲੈਂਦੇ ਹਾਂ ਤੇ ਮੇਰਾ ਟੈਕਸ ਬਚਦਾ ਆ ਕਿ ਵੱਧਦੇ ਹੁੰਦਾ, ਆਂਕੜੇ ਕੀ ਕਹਿੰਦੇ ਆ? ਦੇਖੋ ਰਾਜਨ, ਜਿਹੜਾ 1099 ਆ, ਜੇ ਤੁਸੀਂ 1099 ਲੈਂਦੇ ਆ, ਜੇ ਤੁਸੀਂ ਰੀਅਲ ਓਨਰ ਆਪਰੇਟਰ ਹੈਗੇ ਆ, ਤੁਹਾਡਾ ਟਰੱਕ ਹੈਗਾ, ਤੁਹਾਡੇ ਖਰਚੇ ਹੈਗੇ, ਸਾਰਾ ਕੁਛ ਹੈਗਾ, 1099 ਤੁਹਾਡਾ ਹੱਕ ਆ, ਬਣਦਾ, ਮੈਂ ਇਹ ਨਹੀਂ ਕਹਿੰਦਾ, ਠੀਕ ਆ। ਪਰ ਜੇ ਤੁਸੀਂ ਐਜ਼ ਅ ਇੰਪਲੋਈ ਹੋ ਕੇ ਤੁਸੀਂ 1099 ਲੈਂਦੇ ਆ, ਤਾਂ ਡਰਾਈਵਰ ਹੋ ਕੇ 1099 ਲੈਂਦੇ, ਉਹਦੇ ਵਰਗੀ ਵਰਸਟ ਕੋਈ ਚੀਜ਼ ਨਹੀਂ ਹੋ ਸਕਦੀ। ਪਹਿਲੀ ਗੱਲ ਤੇ ਆ ਕਿ ਜੇ ਤੁਸੀਂ 1099 ਲੈਂਦੇ ਆ, ਤੁਹਾਨੂੰ ਫੈਡਰਲ ਟੈਕਸ ਜਿਹੜਾ 18% ਜਿਹੜਾ ਫੈਡਰਲ ਟੈਕਸ ਭਰਨਾ ਪੈਂਦਾ, 18% ਮੈਨੂੰ ਐਗਜੈਕਟ ਫਿਗਰ ਨਹੀਂ ਪਤਾ, ਪਰ ਮੈਂ ਜਿਹੜੇ ਵੀ ਜੇ ਕੋਈ CPA ਹੈਗੇ ਆ ਸੁਣਦੇ ਹੈਗੇ ਆ ਜਾਂ ਆਪਣੇ ਕਮਿਊਨਿਟੀ ਸੁਣਦੇ ਹੈਗੇ ਆ ਤਾਂ ਉਹ ਦੱਸ ਸਕਦੇ ਆ ਕਿ 18% ਦੇ ਕਰੀਬ, 18.5% ਦੇ ਕਰੀਬ ਤੁਹਾਨੂੰ ਟੈਕਸ ਭਰਨਾ ਪੈਣਾ ਜੇ ਤੁਸੀਂ 1099 ਲੈਂਦੇ ਆ। ਪਰ ਜੇ ਤੁਸੀਂ W-2 ਤੇ ਆ, ਤੁਹਾਡਾ 50% ਟੈਕਸ ਜਿਹੜਾ ਉਹ ਤੁਹਾਡਾ ਇੰਪਲੋਇਰ ਭਰਦਾ ਤੇ 50% ਟੈਕਸ ਤੁਸੀਂ ਭਰਦੇ ਆ, ਠੀਕ ਆ। ਸੋ ਉੱਥੇ ਤੁਹਾਡਾ ਅੱਧਾ ਟੈਕਸ ਤਾਂ ਤੁਸੀਂ ਉੱਥੇ, ਪਹਿਲੀ ਗੱਲ ਉੱਥੇ ਕਰ ਲੈਂਦੇ ਆ, ਫਿਰ ਤੁਸੀਂ ਲੀਗਲ ਰਹਿੰਦੇ ਆ। ਹੁਣ ਇਸ ਵੇਲੇ ਜਿੰਨੀ ਵੀ ਆਪਣੀ ਕਮਿਊਨਿਟੀ ਸੁਣਦੀ ਆ, ਤੁਸੀਂ ਆਪਣੇ ਆਲੇ ਦੁਆਲੇ ਨਜ਼ਰ ਮਾਰ ਕੇ ਦੇਖੋ ਕਿ ਕਿੰਨੇ ਡਰਾਈਵਰ ਆ ਸਾਡੇ ਘਰਾਂ ਦੇ ਵਿੱਚ ਜਿਹੜੇ ਇਸ ਵੇਲੇ 20-25 ਸਾਲ ਤੋਂ ਕੰਮ ਕਰ ਰਹੇ ਆ, ਔਰ ਜਿਹੜੇ 1099 ਤੇ ਕੰਮ ਕਰ ਰਹੇ ਆ, ਅੱਜ ਉਹ ਰਿਟਾਇਰ ਹੋਣ ਦੇ ਲਾਗੇ ਹੈਗੇ ਆ, ਲੇਕਿਨ ਉਹਨਾਂ ਦੀ ਕੋਈ ਰਿਟਾਇਰਮੈਂਟ ਪਲਾਨ ਨਹੀਂ ਹੈਗੀ, ਉਹਨਾਂ ਦੇ ਕੋਲ ਕੋਈ ਚੀਜ਼ ਨਹੀਂ ਹੈਗੀ ਇਸ ਵੇਲੇ ਕਿ ਜਿਹੜੀ ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਮਿਲ ਸਕਦੀ ਆ ਜਾਂ ਮਿਲਣੀ ਆ। ਸੋ ਉਹ ਚੀਜ਼ ਦੇਖੋ ਕਿ ਸਾਰੀ ਉਮਰ ਕੰਮ ਕਰਕੇ, ਸਾਰੀ ਉਮਰ ਕੰਮ ਕਰਕੇ ਇਹ ਸੋਚ ਕੇ ਵੀ ਟੈਕਸ 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 ਕਿੰਨਾ ਕੁ ਬਚਾ ਲਿਆ ਹੋਊਗਾ ਸਾਰੀ ਉਮਰ ਦੇ ਵਿੱਚ, ਠੀਕ ਹੈ ਨਾ। ਔਰ ਜਿਹੜਾ ਬਚਾਇਆ ਹੋਊਗਾ ਉਹ ਕੋਲ ਹੈਗਾ ਨਹੀਂ ਹੈਗਾ, ਠੀਕ ਹੈ ਨਾ। ਸੋ ਇਸ ਕਰਕੇ ਪੇ ਅਟੈਂਸ਼ਨ, ਜਿਹੜੀਆਂ ਇਹ ਚੀਜ਼ਾਂ ਬਣਦੀਆਂ ਹੈਗੀਆਂ, ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਹੈਗੀਆਂ, ਇਹ ਸਾਡੇ ਹੱਕ ਦੇ ਵਿੱਚ ਹੈਗੀਆਂ, ਸਾਡੇ ਸਾਡੇ ਮਤਲਬ ਕਿ ਸਾਡੀ ਜਿਹੜੀ ਨੋਰਮਲ ਫੈਮਿਲੀ ਹੈਗੀ ਆ ਉਹਦੇ ਹੱਕ ਦੇ ਵਿੱਚ ਹੈਗੀਆਂ, ਠੀਕ ਆ। ਸਿਸਟਮ ਦੇ ਨਾਲ ਚੱਲਣਾ ਜਿਹੜਾ ਉਹ ਬਹੁਤ ਜ਼ਰੂਰੀ ਹੈਗਾ, ਔਰ ਖਾਸ ਕਰਕੇ ਇਹਨਾਂ ਕੰਟਰੀਆਂ ਦੇ ਵਿੱਚ।